ਸਪੋਰਟ ਤੇ ਨਾ ਕੋਈ ਟੈਕਸ ਆ ਭਾਜੀ, ਨਾ ਕੋਈ ਕਸਟਮ ਡਿਊਟੀ ਆ, GST ਲੱਗਦੀ 18%, ਜਿਹੜੀ ਸਾਡੀ ਸਮਾਨ ਉੱਥੇ ਪਹੁੰਚਣ ਤੋਂ ਬਾਅਦ ਵਾਪਸ ਆ ਜਾਂਦੀ। ਅੱਛਾ, ਤੇ ਗੱਲ ਹੈਗੀ ਅੰਦਰਲੀ ਭਾਜੀ, ਕੋਈ ਦੱਸ ਕੇ ਨਹੀਂ ਰਿਹਾ ਜੀ, ਇਹ ਪੈਸੇ ਸਾਰੇ ਬੰਦੇ ਘੁੱਟਦੇ ਆ। ਸਿਰਾ ਬੰਦਾ ਯਾਰ, ਸਿਰਾ ਬੰਦਾ ਯਾਰ, ਨੈਕਸਟ ਲੈਵਲ ਕਿਹੜਾ ਬੰਦਾ ਇਹ ਗੱਲ ਦੱਸਦਾ, ਦੱਸਦਾ ਕੋਈ ਬੰਦਾ? ਮੈਨੂੰ ਪਤਾ ਵੀ 10 ਲੱਖ ਮਗਰ 1,80,000 ਦੀ ਤੁਹਾਡੀ ਸਿੱਧੀ ਬੱਚਤ ਇਹ ਨਾਲ ਗੱਲ ਕਰਕੇ ਹੋ ਜਾਣੀ। ਆਹ ਵੀਡੀਓ ਨਾ ਪੰਜਾਬੀਆਂ ਲਈ ਮਾਣ ਵਾਲੀ ਵੀਡੀਓ ਆ। ਕਿਵੇਂ ਆਪਣੇ ਪੰਜਾਬੀਆਂ ਨੇ, ਆਪਣੇ ਸਿੱਖ ਸਰਦਾਰ ਮੁੰਡਿਆਂ ਨੇ ਇੰਨਾ ਕੁ ਵਿਸ਼ਵਾਸ, ਭਰੋਸਾ, ਕੁਆਲਿਟੀ ਬਣਾ ਲਈ ਆ ਨਾ ਕਿ ਇਹਨਾਂ 'ਤੇ ਅੰਗਰੇਜ਼ ਭਰੋਸਾ ਕਰਦੇ ਆ। ਅੰਗਰੇਜ਼ ਇਕੱਲਾ ਸਸਤੇ ਨੂੰ ਨਹੀਂ ਜਾਂਦੇ ਹੁੰਦੇ, ਅੰਗਰੇਜ਼ ਜਾਂਦੇ ਹੁੰਦੇ ਆ ਕੁਆਲਿਟੀ ਨੂੰ। ਕੁਆਲਿਟੀ ਵਾਲੇ ਮਸਲੇ 'ਤੇ ਉਹ ਪੈਸੇ ਨਾਲ ਸਮਝੌਤਾ ਨਹੀਂ ਕਰਦੇ। ਆਹ ਮੁੰਡਾ ਤਮਨ ਆ, ਇਹ ਸ਼ਿਪਿੰਗ ਦਾ ਕੰਮ ਕਰਦਾ, ਚੀਜ਼ਾਂ ਬਣਾ ਕੇ ਬਾਹਰ ਭੇਜਦਾ। ਇਹਦੀ ਕੁਆਲਿਟੀ ਇੰਨੀ ਕੁ ਮਤਲਬ ਆਲਾ ਕੁਆਲਿਟੀ ਬਣਾ ਚੁੱਕਿਆ ਇਸ ਵਕਤ, ਉਸ ਪ੍ਰਾਪਤੀ 'ਤੇ ਆ ਗਿਆ ਕਿ ਅੰਗਰੇਜ਼ ਇਹ ਤੋਂ ਸਮਾਨ ਮੰਗਾ ਬਾਹਰ ਮੰਗਾਉਂਦੇ ਆ। ਇੰਗਲੈਂਡ ਜਾਣਾ ਉਹ ਦਰਵਾਜ਼ਾ ਜਿਹੜਾ ਬਣਿਆ ਪਿਆ, ਇੰਗਲੈਂਡ ਜਾਣਾ। ਹਾਂਜੀ, ਤਮਨ ਉਹ ਕਿਵੇਂ ਸੰਪਰਕ ਕਿਵੇਂ ਹੁੰਦਾ ਅੰਗਰੇਜ਼ ਦੇ ਨਾਲ? ਵੀ ਉਹ ਅੰਗਰੇਜ਼ ਕਹਿੰਦਾ ਵੀ ਯਾਰ ਤਮਨ ਦਾ ਹੀ ਦਰਵਾਜ਼ਾ, ਉਹ ਤੋਂ ਹੀ ਚਾਹੀਦਾ ਮੈਨੂੰ ਤਾਂ। ਕਹਿ ਲਓ ਭਾਜੀ ਬਾਹਰ ਆਪਣੇ ਬੰਦੇ ਬੈਠੇ ਆ, ਬਾਹਰ ਆਪਣੀ ਪੂਰਾ ਕੰਮ ਆ, ਆਪਣਾ ਰੇਡੀਓ 'ਤੇ ਚੱਲਦਾ ਆ, ਐਡਵਰਟੀਜ਼ਮੈਂਟ ਪ੍ਰੋਪਰ ਚੱਲਦੀ ਆ, ਉਹ ਕਰਦੇ ਆ, ਫਿਰ ਉਹਨਾਂ ਨੂੰ ਦੱਸੀਦਾ ਵੀ ਸਾਡਾ ਇੱਥੇ ਫਲਾਨੀ ਜਗ੍ਹਾ ਕੰਮ ਹੋਇਆ। ਫਿਰ ਜਦੋਂ ਜਾ ਕੇ ਭਾਜੀ ਕੁਆਲਿਟੀ ਦੇਖਦੇ ਆ, ਗੱਲ ਹੀ ਮੁੱਕ ਜਾਂਦੀ ਉੱਥੇ ਆ ਕੇ ਕੁਆਲਿਟੀ। ਉਹਨਾਂ ਨੂੰ ਬਾਹਰਲਿਆਂ ਨੂੰ ਇੱਧਰ ਇੱਕ ਤਾਂ ਸਸਤਾ ਪੈਂਦਾ। ਬਿਲਕੁਲ ਭਾਜੀ, ਹਾਂ ਵੀ ਪੈਸੇ 'ਚ ਸਾਡੇ ਬੰਦੇ ਬਾਹਰ ਭੱਜੀ ਜਾਂਦੇ ਆ। ਲੋਹੇ ਦਾ ਕੰਮ ਜੇ ਅਸੀਂ ਇੰਡੀਆ 'ਚ ਕਰਕੇ ਬਾਹਰ ਭੇਜੀਏ ਨਾ ਭਾਜੀ, ਮੈਂ ਕਹਿੰਦਾ ਵੀ ਜਿੰਨਾ ਮਰਜ਼ੀ ਪੈਸਾ ਕਮਾ ਲਈਏ ਭਾਜੀ, ਜਿੰਨਾ ਮਰਜ਼ੀ ਪੈਸਾ, ਜਿੰਨਾ ਮਰਜ਼ੀ, ਇਹ 'ਚ ਕੋਈ ਸ਼ੱਕਲ ਗੱਲ ਨਹੀਂ। ਸਾਡਾ ਜਿਹੜਾ ਇੰਡੀਆ ਹੈਗਾ ਨਾ ਭਾਜੀ, ਇਹ ਲੋਹੇ ਦੀ ਹੱਬ ਆ। ਅੱਛਾ, ਸਾਡੇ ਕੋਲ ਲੋਹੇ ਦਾ ਕੰਮ ਅਸੀਂ ਬੇਸ਼ੁਮਾਰ ਕਰ ਸਕਦੇ, ਬੇਸ਼ੁਮਾਰ ਕਰ ਸਕਦੇ, ਤੇ ਕਾਰੀਗਰੀ ਸਾਡੇ ਕੋਲ ਵਾਧੂ ਭਾਜੀ। ਹਾਂ, ਕਾਰੀਗਰ, ਲੇਬਰ ਸਸਤੀ, ਲੇਬਰ ਸਸਤੀ, ਸਭ ਤੋਂ ਵੱਡੀ ਸਸਤੀ, ਤੇ ਕਾਰੀਗਰ ਕਮਾਲ, ਤੇ ਮਿਹਨਤੀ ਲੋਕ, ਮਿਹਨਤੀ ਲੋਕ, ਦਿਨ ਰਾਤ ਕੰਮ ਕਰਨ ਵਾਲੇ ਲੋਕ, ਬਿਲਕੁਲ ਭਾਜੀ ਹੈਗੇ ਆਪਣੇ ਕੋਲੇ, ਤੇ ਉਹਨਾਂ ਦਾ ਸਦਕਾ ਤੇਰਾ ਕੰਮ ਪੂਰਾ ਘੈਂਟ ਚੱਲ ਰਿਹਾ। ਬਿਲਕੁਲ, ਇਹਨਾਂ ਦੇ ਸਿਰ ਤੇ ਹੀ ਆ ਭਾਜੀ, ਮੁੰਡਿਆਂ ਦੇ ਸਿਰ ਤੇ। ਆਹ ਕੀ ਆ, ਆਹ ਕੀ ਭੇਜਣਾ, ਆਹ ਤੇ ਭਾਜੀ ਸ਼ੈੱਡ ਆ, ਤੇ ਸ਼ੈੱਡ ਦਾ ਸਮਾਨ ਆ, ਆਹ ਬਣਿਆ ਹੋਇਆ, ਉੱਧਰ ਦੇਖੋ ਪਿੱਲਰ ਬਣੇ ਹੋਏ ਆ। ਨਹੀਂ ਇਹ ਉਹ ਜਾ ਕੇ ਕੱਸ ਲੈਣਗੇ ਬਸ, ਇਹ ਬਸ ਭਾਜੀ ਨਟ ਬੋਲਟ ਤੇ ਆ ਸਾਰਾ ਸਿਸਟਮ। ਹਾਂ, ਜਾ ਕੇ ਉਹਨਾਂ ਨੇ ਸਿਰਫ ਪੇਚ ਨਾ ਪੇਚ ਕੱਸਣਾ, ਇਸ ਤੋਂ ਵੱਧ ਹੋਰ ਕੋਈ ਕੰਮ ਨਹੀਂ। ਮਤਲਬ ਇਹਦੀ ਹਰੇਕ ਚੀਜ਼ ਉੱਥੇ ਉੱਥੇ ਹੀ ਫਿੱਟ ਹੋਣੀ ਆ ਜਿੱਥੇ ਹੋਣੀ ਆ, ਜਿੱਥੇ ਹੋਣੀ ਪ੍ਰੋਪਰ ਇਹਦੀ ਡਰਾਇੰਗ ਬਣੀ ਭਾਜੀ ਕੰਮ ਕਰਨ ਤੋਂ ਪਹਿਲਾਂ। ਹਾਂ, ਤੇ ਜਿੱਥੇ ਜਿੱਥੇ ਕਿਹਾ ਉੱਥੇ ਉੱਥੇ ਉਸ ਹਿਸਾਬ ਨਾਲ ਪਿੱਲਰ ਬਣਿਆ, ਇੰਜੀਨੀਅਰ ਨੇ ਪੂਰਾ ਡਿਜ਼ਾਇਨ ਕੀਤਾ, ਫਿਰ ਉੱਦਾਂ ਸਾਡਾ ਜਿੱਥੇ ਸਾਡੇ ਭਾਜੀ ਹੋਣਾਂ ਨੇ ਸਾਰਾ ਤਿਆਰ ਕੀਤਾ ਸਮਾਨ, ਤੇ ਜਾ ਕੇ ਕੱਸਣਾ ਵੀ ਇੱਕ ਪੁਆਇੰਟ ਵੀ ਇੱਧਰ ਉੱਧਰ ਨਹੀਂ ਹੋਊਗਾ ਭਾਜੀ। ਅੱਛਾ, ਤੇ ਆਹ ਟਰੈਕਟਰ ਵੀ ਭੇਜਣ ਲੱਗਿਆ, ਇਹ ਵੀ ਭਾਜੀ ਬਾਹਰ ਜਾਊਗਾ। ਅੱਛਾ, ਇਹ ਵੀ ਭੇਜਣ ਲੱਗਿਆ, ਇਹ ਇਹ ਉੱਥੇ ਕਿਹਨੇ ਮੰਗਾਇਆ? ਤੇ ਉੱਥੇ ਨਾ ਬੰਦਾ ਆਇਆ ਇੱਕ ਪੰਜਾਬੀ ਆ ਉਹ ਆਪਣਾ, ਅੱਛਾ ਜੀ, ਉੱਥੇ ਉਹ ਡੈਰੀ ਦਾ ਕੰਮ ਕਰਦਾ। ਅੱਛਾ, ਤੇ ਉਹਨਾਂ ਨੇ ਮੰਗਾਇਆ, ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਦਾ, ਜਦੋਂ ਆਪਣੇ ਨੂੰ ਕਹਿੰਦੇ 9500 ਇੱਥੇ, ਸੇਮ ਟਰੈਕਟਰ ਭਾਜੀ ਬਾਹਰ, ਇਹਨੂੰ ਕਹਿੰਦੇ ਉੱਥੇ 4710 ਮੈਸੀ ਦੇ। ਅੱਛਾ ਅੱਛਾ ਅੱਛਾ, ਸੇਮ ਉੱਥੇ ਡੈਰੀ ਦੇ ਕੰਮ ਨੂੰ ਚਲਾਉਂਦੇ ਆ ਜਿੱਦਾਂ। ਨਹੀਂ ਉਹਨਾਂ ਨੂੰ ਫਿਰ ਉੱਥੇ ਜਦੋਂ ਇਹ ਟਰੈਕਟਰ 4710 'ਚ ਮਿਲਦਾ ਸੀ, ਫਿਰ ਉਹਨੇ ਇੱਥੋਂ ਕਦੋਂ ਮੰਗਾਇਆ? ਰੇਟ ਭਾਜੀ ਸਸਤਾ ਪਿਆ ਉਹਨਾਂ ਨੂੰ, ਬਹੁਤ ਅੱਧੇ ਨਾਲੋਂ ਵੀ ਜ਼ਿਆਦਾ ਸਸਤਾ, ਆਪਾਂ ਕਹਿ ਦਈਏ ਅੱਧੋ ਅੱਧਾ ਫਰਕ, ਉਸੇ ਨਾਲੋਂ ਵੀ ਵੱਧ ਫਰਕ ਆ ਭਾਜੀ। ਨਹੀਂ ਜਮਾ ਬ੍ਰਾਂਡ ਨਿਊ ਆ, ਬ੍ਰਾਂਡ ਨਿਊ ਆ ਭਾਜੀ, ਨਵਾਂ ਕਢਾਇਆ, ਬ੍ਰਾਂਡ ਨਿਊ ਲੈ ਕੇ ਕੈਬਨ ਲਵਾ ਕੇ ਉਹਨਾਂ ਨੂੰ ਅੱਧੋ ਅੱਧ ਦਾ ਫਰਕ ਪੈ ਗਿਆ, ਅੱਧੋ ਅੱਧੋ ਅੱਧ ਤੋਂ ਵੱਧ ਦਾ ਫਰਕ ਆ ਭਾਜੀ। ਤੁਹਾਡੇ ਵਾਲਾ ਖਰਚਾ ਪਾ ਕੇ ਫਿਰ ਵੀ, ਫਿਰ ਵੀ ਮਤਲਬ ਸਾਡਾ ਖਰਚਾ ਪਾ ਕੇ ਵੀ ਉਹਨਾਂ ਨੂੰ ਅੱਧ ਤੋਂ ਘੱਟ 'ਚ ਪਹੁੰਚਿਆ। ਜੇ ਇਕੱਲੇ ਇੱਕ 20 ਫੁੱਟੇ ਕੰਟੇਨਰ 'ਚ ਇਹਨੂੰ ਹੀ ਖੜੀਏ ਨਾ,
ਤਾਂ ਵੀ ਅੱਧੇ ਪੈਸੇ ਆਉਂਦੇ ਟੀਨਾ ਕੱਸ ਹੋਊਗੀਆਂ ਉਹਦੀਆਂ ਸ਼ੀਟਾਂ ਸਾਰੀਆਂ। ਅੱਛਾ ਇਹ ਉਹਦਾ ਸਮਾਨ ਆ, ਆਹ ਗੇਟ ਗੂਟ ਇਹ ਅਲੱਗ ਆ, ਇਹ ਵੀ ਇਹ ਗੇਟ ਅਲੱਗ ਆ, ਇਹ ਗੋਰਾ ਆ ਭਾਜੀ ਉਹਦੇ ਗੇਟ ਆ ਇਹ। ਅੱਛਾ ਇਹ ਜਿਹੜਾ ਅੰਦਰ ਗੇਟ ਪਿਆ ਉਸੇ ਗੋਰੇ ਦੇ ਹੀ ਆ? ਉਹ ਲੱਗ ਗਿਆ, ਇਹ ਲੱਗ ਗਿਆ, ਹੈਗੇ ਦੋਨੇ ਭਰਾ ਆ। ਅੱਛਾ ਉਹਦਾ ਭਰਾ ਆ ਯਾਰ। ਮੈਨੂੰ ਐਂ ਨਹੀਂ ਸਮਝ ਆਉਂਦੀ ਵੀ ਇਹ ਸਮਾਨ ਇੱਕ ਆ ਕੈਬਨ ਜਾ ਸੀ ਪਿਆ, ਆ ਵੀ ਤੇ ਆ ਵੀ ਵਿੱਚ ਹੀ ਜਾਣਾ। ਚਲੋ ਭਾਜੀ ਇੱਦਾਂ ਤਾਂ ਇਹਦੀ ਵੀ ਤੁਹਾਨੂੰ ਗੱਲ ਦੱਸਦਾ, ਫੋਨ ਆਇਆ ਗੈਰੇਜ ਦਾ ਦਰਵਾਜ਼ਾ ਇਹ ਭਾਜੀ। ਅੱਛਾ ਤੁਹਾਡਾ ਇਹਦਾ ਵੀ ਇੱਦਾਂ ਭਾਜੀ ਬਣਾ ਦੂੰਗੇ। ਤੀਜੇ ਦਿਨ ਉਹਨੂੰ ਫੋਟੋ ਪਾਤੀ ਭਾਜੀ ਬਣ ਗਿਆ। ਕਿੱਦਾਂ ਭਾਜੀ ਫਰਕ ਹੀ ਹੈ ਨੀ? ਅੱਛਾ ਹਾਂਜੀ। ਤੇ ਇਹ ਵੀ ਹੁਣ ਜਾਣਾ ਉੱਥੇ? ਇਹ ਵੀ ਵਿੱਚੇ ਜਾਣਾ ਭਾਜੀ। ਯਾਰ ਮੈਨੂੰ ਐਂ ਦੱਸ ਹਾਂਜੀ ਵੀ ਜਿਵੇਂ ਹੁਣ ਉੱਥੇ ਆਪਾਂ ਇਹ ਤਿੰਨ ਚਾਰ ਬੰਦਿਆਂ ਦਾ ਸਮਾਨ ਭੇਜ ਰਹੇ ਹਾਂ, ਹਾਂਜੀ ਜਾਊਗਾ ਇਕੱਠਾ, ਉਸ ਤੋਂ ਬਾਅਦ ਉੱਥੇ ਕੋਈ ਤੇਰੀ ਟੀਮ ਹੈਗੀ ਜਿਹੜੀ ਆਰਡਰ ਡਿਲੀਵਰ ਕਰ ਦੂਗੀ? ਭਾਜੀ ਕਿਹੜੀ ਕੰਟਰੀ 'ਚ ਨਹੀਂ ਹੈਗੀ, ਕੈਨੇਡਾ, ਅਮੈਰੀਕਾ, ਯੂਕੇ, ਹਾਂ ਆਸਟ੍ਰੇਲੀਆ, ਨਿਊਜ਼ੀਲੈਂਡ, ਮਤਲਬ ਅਸੀਂ ਇਹ ਕਹਿੰਦੇ ਵੀ ਤੁਸੀਂ ਇੱਥੇ ਡੀਲ ਹੀ ਨਾ ਕਰੋ, ਤੁਸੀਂ ਸਾਡੇ ਉੱਥੇ ਬੈਠੇ ਬੰਦੇ ਨਾਲ ਡੀਲ ਕਰੋ। ਤੁਸੀਂ ਕਿਸੇ ਵੀ ਦੇਸ਼ 'ਚ ਬੈਠੇ ਆ, ਸਾਡੇ ਸਾਰੇ ਪਾਸੇ ਬੰਦੇ ਹੈਗੇ, ਉੱਥੇ ਡੀਲ ਕਰੋ ਸਾਡੇ ਨਾਲ। ਤੁਸੀਂ ਉਹ ਵਟਸਐਪ ਤੇ ਤੁਹਾਨੂੰ ਮੈਸੇਜ ਛੱਡ ਦੇਣ, ਤੁਸੀਂ ਉਹਦੇ ਨੇੜੇ ਦਾ ਬੰਦੇ ਦਾ ਦਫ਼ਤਰ ਦਾ ਨੰਬਰ ਦੇ ਦੇਵੋਗੇ, ਉੱਥੇ ਜਾ ਕੇ ਮਿਲੋ, ਹਾਂਜੀ ਪੇਮੈਂਟ ਵੀ ਉੱਥੇ ਤੇ ਜੋ ਸਾਰਾ ਕੰਮ ਉੱਥੇ ਕਰਾਵਾਂਗੇ ਭਾਜੀ। ਇੱਕ ਨਾ ਕਹਿ ਲਓ ਯਕੀਨ ਨਹੀਂ ਬਣਦਾ ਹੈਗਾ ਜਦੋਂ ਆਪਾਂ ਇੱਥੇ ਸਿੱਧੀ ਗੱਲ ਕਰਦੇ ਹਾਂ, ਸਾਡੇ ਬੰਦੇ ਹੀ ਉੱਥੇ ਬੈਠੇ ਆ ਭਾਜੀ, ਹਰ ਥਾਂ ਬੰਦੇ ਬਿਠਾਏ ਹੋਏ ਆ। ਜਦੋਂ ਤੈਨੂੰ ਦੇਖ ਲੈਣਾ ਐਡੇ ਸਿੱਖ ਸਰਦਾਰ ਤੇ ਘੈਂਟ ਉਮਰ ਦੇ ਮੁੰਡੇ ਨੂੰ ਦੇਖ ਲੈਣਾ, ਉਦੋਂ ਯਕੀਨ ਵਾਲੀ ਤੇ ਤੂੰ ਗੱਲ ਛੱਡ ਦੇ, ਕਰੋੜ ਰੁਪਈਆ ਅੱਖ ਮੀਚ ਕੇ ਪਾ ਦੂਗਾ ਅਗਲਾ ਤੈਨੂੰ ਅੰਦਰ। ਹਜੇ ਤੁਸੀਂ ਗੇਟ ਦਿਖਾਉਣਾ ਜਿਹੜਾ, ਮੈਂ ਤੁਹਾਨੂੰ ਉਹਦੀ ਦੱਸਦਾ ਭਾਜੀ। ਉਹਨਾਂ ਗੋਰੇ ਦਾ ਫੋਨ ਆਇਆ, ਬਾਵਾ ਚਿਰ ਮੇਰੇ ਨਾਲ ਲੱਗਾ ਰਿਹਾ, ਫਿਰ ਉਹਨੇ ਮੈਨੂੰ ਨਾਂ ਪੁੱਛਿਆ ਭਾਜੀ, ਮੈਂ ਉਹਨੂੰ ਆਪਣਾ ਨਾਂ ਦੱਸਿਆ, ਮੇਰਾ ਤਮਨਪ੍ਰੀਤ ਸਿੰਘ ਆ ਨਾਮ, ਕਹਿੰਦਾ ਯੂ ਸਿੰਘ? ਅੱਛਾ। ਜਦੋਂ ਉਹਨੇ ਸਿੰਘ ਸੁਣਿਆ ਨਾ, ਕਹਿੰਦਾ ਮੈਨੂੰ ਤੇਰੇ ਤੇ ਯਕੀਨ ਆ, ਮੇਰਾ ਕੰਮ ਕਰ ਦਿਓ। ਓਏ ਹੋਏ, ਬੰਦੇ ਨੇ ਭਾਜੀ ਰੇਟ ਵੀ ਨਹੀਂ ਕੀਤਾ ਸਾਡੇ ਨਾਲ। ਆ ਤਾਂ ਮੈਂ ਪੱਖਾ ਬੰਦ ਕਰਦਾ, ਇੱਕੋ ਮਿੰਟ ਇੱਕੋ ਮਿੰਟ ਇੱਕੋ ਮਿੰਟ ਨਹੀਂ ਹੋਣਾ, ਚੱਲ। ਅੱਛਾ ਉਹਨੇ ਸਿੰਘ ਨਾਂ ਸੁਣਿਆ ਤੇ ਡੀਲ ਡੀਲ ਡਨ ਡੀਲ ਡਨ ਆਪਣੇ ਸਿੰਘਾਂ ਦਾ ਇੰਨਾ ਵਿਸ਼ਵਾਸ ਆ, ਉਹਨੇ ਰੇਟ ਨਹੀਂ ਕੀਤਾ ਮੇਰੇ ਨਾਲ। ਹਾਂ ਕਹਿੰਦਾ ਵੀ ਤੂੰ ਸਿੰਘ ਆ ਨਾ, ਨਾ ਬਸ ਗੱਲ ਖਤਮ। ਦੇਖ ਲੈ ਯਾਰ ਦੇਖ ਲੈ, ਇੱਦਾਂ ਆ ਭਾਜੀ, ਰਹਿਣ ਦੇ ਵੀਰੇ, ਰਹਿਣ ਦੇ, ਬੰਦ ਕਰ, ਰਹਿਣ ਦੇ ਨਾ। ਸਪੈਸ਼ਲੀ ਭਾਜੀ ਦੇਖੋ, ਪਤਾ ਨਹੀਂ ਹੋਰ ਕੁਝ ਖੱਟਿਆ ਕਿ ਨਹੀਂ ਖੱਟਿਆ, ਸਾਨੂੰ ਸਾਡੇ ਧਰਮ ਨੇ ਇੱਜ਼ਤ ਬਹੁਤ ਖਟਾਈ ਆ, ਕੋਈ ਸ਼ੱਕ ਨਹੀਂ। ਉਹਨਾਂ ਭਾਜੀ ਗੱਲ ਹੋਈ ਨਾ ਜਦੋਂ, ਹਾਂਜੀ, ਕਹਿੰਦਾ ਵੀ ਜੋ ਤੁਸੀਂ ਕਰੋਨਾ 'ਚ ਕੀਤਾ ਨਾ ਤੁਹਾਡੇ ਲੋਕਾਂ ਨੇ, ਕਹਿੰਦਾ ਵੀ ਲੋਕੀ ਪਾਣੀ ਦੀ ਬੋਤਲ ਮੁੱਲ ਦਿੰਦੇ ਸੀ, ਤੁਸੀਂ ਆਕਸੀਜਨ ਵੀ ਫ੍ਰੀ ਵੰਡੀ ਆ, ਬਹੁਤ ਕਦਰ ਕਰਦੇ ਭਾਜੀ ਆਪਣੀ, ਤਾਂ ਐਵੇਂ ਕਹੀਏ ਬਾਹਰ ਸਿੰਘ ਦੀ ਤਾਂ ਬਹੁਤ ਜ਼ਿਆਦਾ ਕਦਰ ਆ। ਤੇ ਸੱਚੀ ਕੋਈ ਸਿੰਘ ਨਾ ਲਿਖਵਾ ਕੇ ਤੇ ਕਿਸੇ ਗੋਰੇ ਨਾਲ ਊਚ ਨੀਚ ਕਰਕੇ ਆਪਣਾ ਖਰਾਬ ਨਾ ਕਰ ਦਿਓ ਕਿਤੇ, ਮੈਂ ਦੇਖਣ ਵਾਲਿਆਂ ਨੂੰ ਮੈਸੇਜ ਦਿੰਦਾ, ਪਰ ਬਹੁਤ ਘੈਂਟ। ਅੱਛਾ ਉਹਨੇ ਜਦੋਂ ਸਿੰਘ ਨਾ ਸੁਣ ਲਿਆ ਉਸ ਤੋਂ ਬਾਅਦ ਡੀਲ ਖਤਮ? ਕਿੱਦਾਂ ਮੈਂ ਰੇਟ ਵੀ ਨਹੀਂ ਕਰਨਾ ਦੇਣਾ, ਆਹ ਦਰਵਾਜ਼ਾ ਫਿਰ ਰਿਕਾਰਡਿੰਗ ਵੀ ਪਈ ਆ ਉਹਦੀ, ਆ ਉਹਦੇ ਘਰ ਦਾ ਦਰਵਾਜ਼ਾ, ਇਹ ਉਹਦੇ ਭਾਜੀ ਮੈਂਸ਼ਨ ਆ ਉਹਦਾ ਪੂਰਾ, ਉਹਦਾ ਯਾਰ ਕੋਈ ਬੰਗਲਾ ਹੋਊਗਾ ਬੜਾ ਵੱਡਾ, ਇਹਦੇ ਅੰਦਰ ਜਿਹੜੀ ਗੱਡੀਆਂ ਖੜਦੀਆਂ ਨਾ ਭਾਜੀ ਰੋਲ ਰੋਇਸ ਫੈਂਟਮ ਆ, ਜਿੱਥੇ ਲੱਗਣਾ ਜੈਗੁਆਰ ਲੈਂਬਰਗਿਨੀ ਦੀ ਖੜਦੀ ਆ ਇਹਦੇ ਅੰਦਰ ਜਿੱਥੇ ਇਹ ਗੇਟ ਲੱਗਣਾ ਯਾਰ, ਉਹ 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 ਜਿੱਥੇ ਇਹ ਲੱਗਣਾ ਤੈਨੂੰ ਉਹਨੇ ਡਰਾਇੰਗ ਭੇਜੀ ਸੀ? ਭੇਜੀ ਸੀ ਡਰਾਇੰਗ? ਉਹਨੇ ਮੈਨੂੰ ਸਾਈਜ਼ ਭੇਜਿਆ। ਅੱਛਾ ਕਹਿੰਦਾ ਵੀ ਮੇਰਾ ਮੈਂਸ਼ਨ ਆ, ਕਹਿੰਦਾ ਤੁਹਾਡੇ ਇੱਥੇ ਪੁਰਾਣੇ ਕਿਲੇ ਆ ਰਹੇ ਗੇਟ ਚਾਹੀਦਾ ਮੈਨੂੰ। ਅੱਛਾ
ਫਿਰ ਭਾਜੀ ਮੈਂ ਉਹਨੂੰ ਆਪਣੇ ਭੇਜੇ ਡਿਜ਼ਾਈਨ, ਫਿਰ ਉਹਨੇ ਵਿੱਚੋਂ ਆਹ ਡਿਜ਼ਾਈਨ ਸਿਲੈਕਟ ਕੀਤਾ ਬੰਦੇ ਨੇ। ਉਹਨਾਂ ਨੇ ਆਪਾਂ ਨੂੰ ਨਾਪ ਭੇਜਤਾ ਤੇ ਆਪਾਂ ਨੂੰ ਆਪਦੀ ਚੋਇਸ ਭੇਜ ਚੋਇਸ ਭੇਜਤੀ ਤੇ ਆਪਾਂ ਉਹਨੂੰ ਆਹ ਭੇਜਤਾ। ਬਿਲਕੁਲ ਭਾਜੀ, ਇਹ ਉਹਨੂੰ ਪਸੰਦ ਆ ਗਿਆ। ਬਿਲਕੁਲ। ਵੈਸੇ ਉਹ ਜਿਹੜਾ ਤੇਰਾ ਦਰਵਾਜ਼ਾ ਨਾ, ਉਹ ਇੰਗਲਿਸ਼ ਸਟਾਈਲ ਹੀ ਆ, ਉਹ ਜ਼ਿਆਦਾਤਰ ਮੈਂ ਵੱਡੇ ਜ਼ਿਆਦਾ ਵੱਡਾ ਆ, ਹਾਂਜੀ ਹੈ ਨਾ, ਬੰਗਲਿਆਂ ਨੂੰ ਹੀ ਲੱਗਿਆ ਉਸ ਤਰ੍ਹਾਂ ਦਾ ਦਰਵਾਜ਼ਾ ਦੇਖਿਆ। ਬਿਲਕੁਲ। ਦੁਨੀਆ ਦਾ ਹਰੇਕ ਦੇਸ਼ ਦੇ ਵਿੱਚ ਪਹੁੰਚਦਾ ਕਰ ਸਕਦੇ ਹੋ ਤੁਸੀਂ ਸਮਾਨ ਜਿੱਥੇ ਕਹੋਗੇ ਭਾਜੀ। ਇੱਕ ਯਾਰ ਮੈਨੂੰ ਹੋਰ ਗੱਲ ਮੇਰੇ ਦਿਮਾਗ 'ਚ ਆਈ ਜਾਂਦੀ ਸੀ ਵੀ ਇਹ ਜਿੰਨਾ ਸੰਬੰਧਿਤ ਚੀਜ਼ਾਂ ਇਹ 'ਚ ਆਹ ਅਲੱਗ ਆ, ਇੱਕ ਬੁਲਟ ਮੋਟਰਸਾਈਕਲ ਚੜਾਇਆ ਉਹ ਅਲੱਗ ਆ, ਹਾਂਜੀ, ਹੁਣ ਬੰਦੇ ਨੇ ਮੰਗਾਉਣੀ ਹੋਵੇ ਜੀਪ ਉਹ ਵੀ ਜਾਊਗੀ ਭਾਜੀ। ਬਣਾ ਵੀ ਦੇ ਬਣਵਾ ਵੀ ਦੇਵੋਗੇ? ਬਣਵਾ ਵੀ ਦੇਵਾਂਗੇ ਵੀ ਜਿਵੇਂ ਹੁਣ ਮੰਨ ਲਓ ਵੀ ਯਾਰ ਮੈਨੂੰ ਟਰੈਕਟਰ ਫੋਰਡ ਮੋਡੀਫਾਈਡ ਚਾਹੀਦਾ। ਬਿਲਕੁਲ। ਮੈਂ ਉੱਧਰ ਬੈਠਾ, ਇੱਧਰ ਮੇਰਾ ਕੋਈ ਰਿਸ਼ਤੇਦਾਰ ਨਹੀਂ, ਹਾਂਜੀ, ਉਹ ਤੈਨੂੰ ਕਹਿ ਦੇਵੇ ਤਮਨ ਯਾਰ ਮੈਨੂੰ ਇੱਕ ਫੋਰਡ ਭਾਲ ਭਾਗ ਤਿਆਰ ਕਰਾ ਦੇ। ਹੋ ਜੂਗਾ ਜੀ, ਹੋ ਜੂਗਾ, ਕਿਸੇ ਕੰਮ ਨੂੰ ਕੋਈ ਜਵਾਬ ਹੀ ਨਹੀਂ। ਕਿਸੇ ਕੰਮ ਨੂੰ ਵੀ ਨਹੀਂ, ਤੁਸੀਂ ਦੱਸੋ ਕਰਨਾ ਕੀ ਆ? ਮਤਲਬ ਤਮਨ ਇੱਕ ਕੰਪਲੀਟ ਪੈਕੇਜ ਆ ਬੰਦੇ ਵਾਸਤੇ, ਸਾਹਮਣੇ ਵਾਲੇ ਵਾਸਤੇ। ਗੁੜ ਦਾ ਕੰਮ ਵੀ ਕਰੀਦਾ ਜੀ। ਸਭ ਕੁਛ ਕਰ ਲੈਂਦਾ, ਕੋਈ ਕੰਮ ਨਹੀਂ ਛੱਡਦਾ। ਮਤਲਬ ਇਹ ਆ ਵੀ ਸਿੱਧਾ ਹਿਸਾਬ ਆ ਵੀ ਜਿਵੇਂ ਚੰਨੀ ਸਾਹਿਬ ਨੂੰ ਕੋਈ ਪੁੱਛਦੇ ਸੀਗੇ ਵੀ ਤੁਸੀਂ ਆਹ ਕੀਤਾ ਹੋ, ਕਹਿੰਦੇ ਮੈਂ ਤਾਂ ਕੀਤਾ, ਮੇਰਾ ਤਾਂ ਵੀ ਕੀਤਾ ਹੋਇਆ, ਨਾਗ ਵੱਲ ਵੀ ਪਾ ਲੈਣਾ। ਹਾਂ ਨਹੀਂ, ਸ਼ੁਕਰ ਆ, ਬਹੁਤ ਚੰਗੀ ਗੱਲ ਯਾਰ। ਤੇ ਪਹਿਲੀ ਤਾਂ ਗੱਲ ਮੈਨੂੰ ਤੂੰ ਉੱਠਦੀ ਉਮਰ ਦਾ ਮੁੰਡਾ ਇੰਨਾ ਘੈਂਟ ਕੰਮ ਕਰ ਰਿਹਾ, ਮੈਨੂੰ ਇਹੀ ਗੱਲ ਦੀ ਬਹੁਤ ਖੁਸ਼ੀ ਆ। ਗੋਰੇ ਤਾਂ ਭਾਜੀ ਇਹ ਗੱਲ ਤਾਂ ਨਹੀਂ ਕਰਦੇ, ਕਈ ਵਾਰੀ ਆਪਣੇ ਬੰਦਿਆਂ ਨੇ ਡੀਲ ਕਰੀ ਦੀ ਆ, ਉਹ ਜਦੋਂ ਕਈ ਵਾਰੀ ਉਮਰ ਪੁੱਛ ਲੈਂਦੇ ਵੀ ਉਹਨਾਂ ਨੂੰ ਦੱਸੀ 24 ਸਾਲ ਆ ਉਮਰ, ਉਹ ਯਕੀਨ ਹੀ ਨਹੀਂ ਕਰਦੇ, ਕਹਿੰਦੇ ਤੂੰ ਇਹ ਕੰਮ ਕਿੱਦਾਂ ਕਰ ਲਾ ਪਿਆ ਯਾਰ, ਫਿਰ ਕਿਵੇਂ ਵਿੱਢਿਆ? ਫਿਰ ਦੱਸ, ਫਿਰ ਦੱਸ, ਮੈਨੂੰ ਵੀ ਦਿਲਚਸਪੀ ਹੈ, ਸਾਡਾ ਵੀ ਜਵਾਕ ਲੱਗ ਸਕਦਾ। ਇੱਦਾਂ 12ਵੀਂ ਕੀਤੀ ਭਾਜੀ, ਹਾਂ, ਸਾਡੇ ਤਾਂ ਇੱਦਾਂ ਰਿਸ਼ਤੇਦਾਰ ਸੀਗੇ ਮੇਰੇ ਤੇ ਮਾਸੀ ਹੋਣੇ ਸੀਗੇ ਮੇਰੇ, ਹਾਂ, ਕਹਿੰਦੇ ਵੀ ਬੁਲਟ ਲੈ ਕੇ ਜਾਣਾ ਆ ਤੇ ਇੱਕ ਟਰੈਕਟਰ ਲੈ ਕੇ ਜਾਣਾ, ਠੀਕ ਆ ਜੀ, ਵੀ ਤਿਆਰ ਤਿਉਰ ਕਰਾ ਲਿਆ ਭਾਜੀ, ਕਦੀ ਲੁਧਿਆਣੇ ਘੁੰਮ, ਕਦੀ ਕਿਤੇ ਘੁੰਮ, ਏਦਾਂ ਘੁੰਮਦੇ ਘੁੰਮਦੇ ਰਹੇ ਵੀ ਕਦੀ ਕਿਸੇ ਨੇ ਕੋਈ ਰੇਟ ਦੱਸਣਾ ਭਾਜੀ, ਬਾਹਲੇ ਔਖੇ ਸੀਗੇ। ਤੂੰ ਉੱਦਾਂ ਹੀ ਬੈਠਾ, ਮੈਂ ਵੀ ਜੇ ਕਰਨਾ ਹੀ ਆ ਵੀ ਆਪ ਹੀ ਕਰਦੇ ਆ, ਵੀ ਹੁਣ ਐਡੇ ਕਾਹਤੋਂ ਚੱਕਰਾਂ 'ਚ ਪੈਣਾ। ਤੂੰ ਮਹਾਰਾਜ ਨੇ ਐਸੇ ਰੰਗ ਭਾਗ ਲਏ ਭਾਜੀ, ਇਹ 'ਚ ਹੀ ਰਹਿ ਗਏ, ਹੁਣ ਹੋਰ ਕੰਮ ਹੀ ਹੈ ਨਹੀਂ ਕਰਨ, ਪ੍ਰੀਤ ਤਾਂ ਸੋਹਣਾ ਹੀ ਬਹੁਤ ਆ ਯਾਰ, ਇਹ ਤਾਂ ਹੈ ਸਿਰਾ ਨੈਕਸਟ ਲੈਵਲ ਆ ਯਾਰ। ਇਹ ਮੈਂ ਇਹਨੂੰ ਬੈਂਦਕ ਪਹਿਲਾਂ ਕਹਿ ਕੇ ਹਟਿਆ, ਮੈਂ ਕਿਹਾ ਵੀ ਮੁੱਖ ਮੰਤਰੀ ਚੰਨੀ ਤੋਂ ਬਾਅਦ ਮੈਨੂੰ ਇਹ ਬੰਦਾ ਮਿਲਿਆ, ਇਹ ਕਹਿੰਦਾ ਵੀ ਕੰਮ ਦੱਸੋ ਮੈਂ ਕੀ ਨਹੀਂ ਕਰ ਲੈਂਦਾ, ਮੈਂ ਸਾਰਾ ਕੁਝ ਕਰ ਲੈਂਦਾ। ਸ਼ਹਿਰ ਸਾਡਾ ਕਿੱਦਾਂ ਲੱਗਾ ਸੀ? ਸਿਰਾ 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 ਤੇਰਾ ਸ਼ਹਿਰ ਸਿਰਾ ਸਿਰਾ, ਜਿੱਥੋਂ ਰੋਟੀ ਮਿਲਦੀ ਆ ਉਹ ਤਾਂ ਫਿਰ ਵੱਡਾ ਹੀ ਹੁੰਦੀ ਆ ਗੱਲਬਾਤ। ਚਲੋ ਤੁਸੀਂ ਵੀਡੀਓ ਕਰੋ, ਮੈਂ ਖੜਦਾ ਵੀ ਆਪਾਂ ਚੰਗੀ ਤਰ੍ਹਾਂ ਮਿਲਦੇ, ਬਸ 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 ਰੂਹ ਨਾਲ ਮਿਲਦੇ ਆ। ਤੇ ਬਹੁਤ ਵਧੀਆ ਯਾਰ, ਮੈਨੂੰ ਆਨੰਦ ਆਇਆ ਸੱਚੀ, ਤੇ ਹੀਰੋ ਨੂੰ ਮਿਲਾਤਾ ਯਾਰ ਤੂੰ ਸਾਨੂੰ, ਸਾਡੇ ਫੋਨ ਤੇ ਤਾਂ ਗੱਲ ਹੋਈ ਆ 2-4 ਵਾਰ ਪਰ ਅਸੀਂ ਮਿਲੇ ਪਹਿਲੀ ਵਾਰ, ਠੀਕ ਹੈ ਠੀਕ ਹੈ, ਤੇ ਆਨੰਦ ਆਇਆ ਬਾਈ। ਮੈਨੂੰ ਲੱਗਦਾ ਵੀ ਕਿਸੇ ਵੀ ਤਰ੍ਹਾਂ ਦੀ ਸ਼ਿਪਿੰਗ ਦੀ ਕੋਈ ਲੋਡ ਹੋ ਗਈ ਤਾਂ ਬੰਦਾ ਫੋਨ ਕਰ ਲਊਗਾ। ਕੰਮ ਦੀ ਗੱਲ ਰਹਿ ਗਈ ਸੀ, ਬਾਹਲੀ ਕੰਮ ਦੀ ਗੱਲ ਰਹਿ ਗਈ ਸੀ, ਉਹ ਟੈਕਸ ਵਾਲੀ ਗੱਲ ਦੱਸੀ ਮੈਨੂੰ।
ਟੈਕਸ ਵੀ ਮਤਲਬ ਕਿਵੇਂ ਟੈਕਸ ਬਚਾ ਕੇ ਦੇ ਦੇਣੇ ਸਾਡੀ ਸਰਕਾਰ ਆ ਨਾ ਭਾਜੀ ਜਿਹੜੀ ਇੰਡੀਅਨ ਗਵਰਨਮੈਂਟ ਇਹ ਚਾਹੁੰਦੀ ਵੀ ਇੰਡੀਆ ਤੋਂ ਵੱਧ ਸਮਾਨ ਐਕਸਪੋਰਟ ਹੋਵੇ ਇੰਪੋਰਟ ਖਤਮ ਕਰਨਾ ਚਾਹੁੰਦੀ ਆ ਆਪਣੇ ਇੰਪੋਰਟ ਤੇ ਉਹਨਾਂ ਨੇ ਹੱਦ ਤੋਂ ਵੱਧ ਕਸਟਮ ਡਿਊਟੀਆਂ ਲਾਈਆਂ ਹੋਈਆਂ ਆ ਟੈਕਸ GST ਕਾਫੀ ਕੁਛ ਲਾਇਆ ਐਕਸਪੋਰਟ ਤੇ ਨਾ ਕੋਈ ਟੈਕਸ ਆ ਭਾਜੀ ਨਾ ਕੋਈ ਕਸਟਮ ਡਿਊਟੀ ਆ GST ਲੱਗਦੀ 18% ਜਿਹੜੀ ਸਾਡੀ ਸਮਾਨ ਉੱਥੇ ਪਹੁੰਚਣ ਤੋਂ ਬਾਅਦ ਵਾਪਸ ਆ ਜਾਂਦੀ ਇਹ ਗੱਲ ਹੈਗੀ ਅੰਦਰਲੀ ਭਾਜੀ ਕੋਈ ਦੱਸ ਕੇ ਨਹੀਂ ਰਿਹਾ ਜੀ ਇਹ ਪੈਸੇ ਸਾਰੇ ਬੰਦੇ ਘੁੱਟਦੇ ਆ ਅਸੀਂ ਕੰਮ ਕਰਨਾ ਜੈਨੂਇਨ ਭਾਜੀ ਸਾਡਾ ਕੰਮ ਹੈਗਾ ਸ਼ਿਪਿੰਗ ਦੇ ਵਿੱਚੋਂ ਪੈਸੇ ਕਮਾਉਣ ਦਾ ਕਿਸੇ ਨਾ ਭਾਜੀ ਬੇਈਮਾਨੀ ਕਰਕੇ ਪੈਸਾ ਨਹੀਂ ਕਮਾਉਣਾ ਹੈਗਾ ਠੀਕ ਹੈ 10 ਲੱਖ ਮਗਰ 18% ਲਾ ਲਓ 1,80,000 ਰੁਪਇਆ ਹੋ ਗਿਆ ਭਾਜੀ 1-80 ਬੰਦੇ ਇੱਥੇ ਘੁੱਟ ਜਾਂਦੇ ਜੇ ਤੂੰ ਬਚਾਉਣਿਆ ਦਾ ਵੀਡੀਓ ਡਿਲੀਟ ਕਰ ਦਾਂਗੇ ਇੰਨੀ ਹਾਂ ਭਾਈ ਨਹੀਂ ਕਰਨੀ ਇਹਨੇ ਨਾ ਗੋਰੇ ਨੇ ਇਸੇ ਗੱਲ ਦਾ ਯਕੀਨ ਕੀਤਾ ਵੀ ਸਿੰਘ ਆ ਇਹ ਗੱਲ ਇਹ ਸਿਰਾ ਬੰਦਾ ਯਾਰ ਨੈਕਸਟ ਲੈਵਲ ਕਿਹੜਾ ਬੰਦਾ ਇਹ ਗੱਲ ਦੱਸਦਾ ਦੱਸਦਾ ਕੋਈ ਬੰਦਾ ਮੈਨੂੰ ਪਤਾ ਵੀ 10 ਲੱਖ ਮਗਰ 1,80,000 ਦੀ ਤੁਹਾਡੀ ਸਿੱਧੀ ਬੱਚਤ ਇਹਨਾਂ ਗੱਲ ਕਰਕੇ ਹੋ ਜਾਣੀ ਹਨਾ ਵੇਲੇ ਕਰ ਲੈ ਕਵੇਲੇ ਕਰ ਲੈ ਕੋਈ ਪਰੇਸ਼ਾਨੀ ਤਾਂ ਨਹੀਂ ਕੋਈ ਜੇ ਫੋਨ ਨਾ ਚੱਕੇਗਾ ਤਾਂ ਵਟਸਐਪ ਤੇ ਮੈਸੇਜ ਛੱਡ ਦਿਓ ਬਿਲਕੁਲ ਭਾਜੀ ਬੋਲ ਤਾਂ ਦਿੱਕਤ ਹੀ ਕੋਈ ਨਹੀਂ ਸਾਡਾ ਕੰਮ ਹੀ ਰਾਤ ਨੂੰ ਭਾਜੀ ਫੋਨ ਤਾਂ ਚੱਲਦਾ ਹੀ ਰਾਤ ਨੂੰ ਕੰਮ ਦਾ ਟਾਈਮ ਆ ਬਾਹਰ ਗੱਲ ਕਰਨੀ ਹੁੰਦੀ ਫਿਰ ਰਾਤ ਦਿਨ ਸਾਡਾ ਹੈ ਨਹੀਂ ਕੁਛ ਵੀ ਠੀਕ ਹੈ ਐਨੀ ਟਾਈਮ ਕਰੋ ਫੋਨ ਕੋਈ ਦਿੱਕਤ ਨਹੀਂ ਕਦੋਂ ਵੀ ਤੁਸੀਂ ਫੋਨ ਕਰ ਸਕਦੇ ਹੋ ਸੋਹਣਿਆ ਕੋਈ ਵੀ ਚੀਜ਼ ਤੁਸੀਂ ਬਾਹਰ ਮੰਗਵਾਉਣੀ ਆ ਜਿਹੜੀ ਲੀਗਲ ਤਰੀਕੇ ਨਾਲ ਮੰਗਵਾਈ ਜਾ ਸਕਦੀ ਆ ਜਿਹੜੀ ਲੰਘ ਸਕਦੀ ਆ ਉਹ ਇਹ ਨਗਾ ਸਕਦਾ ਬਿਲਕੁਲ ਭਾਜੀ ਠੀਕ ਹੈ ਕਿ ਨਹੀਂ ਜਿਹਨੂੰ ਕਾਨੂੰਨ ਦਾ ਡਿੱਕਾ ਬਸ ਉਹਦਾ ਹੀ ਇਹਨੂੰ ਡਿੱਕਾ ਹੋਰ ਕਿਸੇ ਚੀਜ਼ ਦਾ ਇਹਨੂੰ ਕੋਈ ਡਿੱਕਾ ਨਹੀਂ ਕੋਈ ਚੀਜ਼ ਮੰਗਵਾਉਣੀ ਟਰੈਕਟਰ ਮੋਟਰਸਾਈਕਲ ਕੰਬਾਇਨ ਜਿਹੜੀ ਚੀਜ਼ ਚਾਹੀਦੀ ਆ ਤੁਸੀਂ ਇਹਨੂੰ ਫੋਨ ਕਰਿਓ ਇਹ ਕਿਸੇ ਨਾ ਕਿਸੇ ਹਿਸਾਬ ਨਾਲ ਤੁਹਾਡੇ ਕੋਲ ਪਹੁੰਚਦੀ ਕਰ ਦੂਗਾ ਨੰਬਰ ਸਕਰੀਨ 'ਤੇ ਆ ਜੇ ਕਿਸੇ ਵਕਤ ਫੋਨ ਨਾ ਚੱਕਿਆ ਜਾਵੇ ਬਿਜੀ ਆਉਂਦਾ ਹੋਵੇ ਤੁਸੀਂ ਵਟਸਐਪ 'ਤੇ ਇਹਨੂੰ ਇੱਕ ਮੈਸੇਜ ਛੱਡ ਦਿਓ ਇਹ ਬੰਦਾ ਤੁਹਾਨੂੰ ਆਪੇ ਹੀ ਰਿਪਲਾਈ ਕਰਕੇ ਆਪੇ ਹੀ ਤੁਹਾਡੀ ਜਿਹੜੀ ਚੁਆਇਸ ਆ ਉਹ ਪੂਰੀ ਕਰ ਦੂਗਾ ਨੌਜਵਾਨ ਮੁੰਡਾ ਐਨਰਜੀ ਆ 3 ਬੰਦਿਆਂ ਜਿੰਨਾ ਕੰਮ ਕਰ ਸਕਦਾ ਕੁਆਲਿਟੀ ਇੰਨੀ ਆ ਕਿ ਅੰਗਰੇਜ਼ ਭਰੋਸਾ ਕਰਦੇ ਆ ਅੱਜ ਤੋਂ 15 ਸਾਲ ਨੂੰ ਕਿੱਥੇ ਖੜਾ ਹੋਊਗਾ ਇਹ ਤੁਸੀਂ ਵੇਖ ਲਿਓ ਆਪ ਹੀ ਪਰ ਅੱਜ ਇਹ ਬੰਦਾ ਜਿਹੜਾ ਕੰਮ ਕਰ ਰਿਹਾ ਇਹਦਾ ਸਪੋਰਟ ਕਰਨਾ ਪੂਰਾ ਦਿਲੋਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਅੱਜ ਆਪਣੇ ਪੰਜਾਬੀਆਂ ਲਈ ਇੱਕ ਮਾਣ ਵਾਲੀ ਗੱਲ ਹੈ ਕਿ ਨੌਜਵਾਨ ਉੱਠਿਆ ਜਿਹਤੇ ਅੰਗਰੇਜ਼ ਭਰੋਸਾ ਕਰਦੇ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ